अज नवांशहर विखे जनतक जथेबंदियां वल्लों भारतीय कुश्ती संघ के साबका प्रधान अते भाजपा के एस पी ब्रिजभूषण शरण सिंह की गिरफ्तारी की मंग नूं लैके रैली अते अर्थी फूक रोस प्रदर्शन किया गया। इस रैली नूं संबोधन करदिआं किरती किसान यूनियन के जिला प्रधान सुरिंदर सिंह बैंस, सूबा प्रैस सकत्तर जसबीर दीप, इसत्री जागृति मंच के सूबा प्रधान गुरबख्श कौर संघ अते होर बहुत सारिया वख-वख जथेबंदियां ने कहा कि मोदी सरकार ब्रिजभूषण शरण सिंह नूं गिरफ्तार करन दी थां ते उसका बचा कर रही है। जिस तरह जंतर मंतर दिल्ली विखे इंसाफ की मंग नूं लै के धरने उत्ते बैठे पहलवाना दे पुलिस वालों टेंट पुट्टे गए अते उन्हां नूं गिरफ्तार किया गया। उस तो यही लगता है कि मोदी सरकार विरोधी आवाज़ नूं कुचलन लई किसी भी हद तक जा सकती है, लेकिन सारा देश पीड़ित पहलवान औरतों के हक विच नित्तर आया है, पर मोदी सरकार दोषी नूं बचाउण लई हथ कंडिया उत्ते उतर आई है, जिस तो स्पष्ट है कि इस सरकार का बेटी बचाओ बेटी पढ़ाओ नारा देश दियां लड़कियां लई महज फरेब तो इलावा होर कुछ भी नहीं। वख-वख जथेबंदियां दे आगुआं ने कहा कि 5 जून नूं पिंडां विच ब्रिजभूषण शरण सिंह दे पुतले फूके जाणगे। ਪਾਰਟੀ ਦੇ ਨਾਲ ਉਹ ਕਹਿੰਦੀਆਂ ਸੀ ਅਸੀਂ ਪੰਚਾਇਤ ਕਰਨੀ ਆ, ਔਰਤਾਂ ਸਾਰੇ ਪਾਸੇ ਤੋਂ ਜਾ ਰਹੀਆਂ ਸੀ, ਉਹਨਾਂ ਨੂੰ ਇਸ ਢੰਗ ਨਾਲ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਦੇ ਝੰਡੇ ਜਿਹੜਾ ਤਿਰੰਗਾ ਹੱਥ 'ਚ ਫੜਿਆ ਸੀ ਉਹ ਵੀ ਰੋਲ ਦਿੱਤਾ ਗਿਆ, ਉਹਨਾਂ ਨੂੰ ਬੜੇ ਜ਼ਬਰਦਸਤੀ ਫੜ ਕੇ ਉੱਥੋਂ ਕੱਢਿਆ ਗਿਆ ਅਤੇ ਉਹਨਾਂ ਨੂੰ ਜਾ ਕੇ ਥਾਣੇ 'ਚ ਲੈ ਗਿਆ, ਕੇਸ ਵਾਸਤੇ ਦਰਜ ਕੀਤੇ ਆ। ਸਾਡੀਆਂ ਧੀਆਂ ਭੈਣਾਂ ਦੇ ਆਹੀ ਰਹੇ ਜਿਹੜਾ ਮੋਦੀ ਕਹਿੰਦਾ ਸੀ ਬੇਟੀ ਪੜ੍ਹਾਓ ਬੇਟੀ ਬਚਾਓ, ਫਿਰ ਬੇਟੀਆਂ ਇਸ ਲਈ ਬਚਾਈਆਂ ਪਹਿਲਾਂ ਦੇ ਜਿਹੜੇ ਬੰਦੇ ਆ ਸਾਡੀਆਂ ਧੀਆਂ ਭੈਣਾਂ ਨੇ ਇਸ ਢੰਗ ਨੇ ਉਹ ਬਿਹੇਵ ਕਰਨ, ਜਦਕਿ ਕੇਸ ਉਹਨਾਂ 'ਤੇ ਬਣਦਾ ਸੀ। ਕੋਈ ਵੀ ਲੀਡਰ ਬੋਲਿਆ ਸੈਂਟਰ ਦਾ, ਮੈਂ ਜਿੰਨਾ ਚਿਰ ਉਹ ਨਹੀਂ ਫਿਰਦਾ ਅਸੀਂ ਜਿਹੜੇ ਲੋਕ ਆ ਅਸੀਂ ਜਿਹੜੀਆਂ ਔਰਤਾਂ ਆ ਇੱਦਾਂ ਹੀ ਅਸੀਂ ਸੜਕਾਂ 'ਤੇ ਸੰਘਰਸ਼ ਕਰਦੇ ਰਹਾਂਗੇ ਜਿੰਨਾ ਚਿਰ ਫੜਕੇ ਜੇਲ੍ਹ ਵਿੱਚ ਨਹੀਂ ਸਿੱਟਿਆ ਤੁਹਾਡਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਅਤੇ ਬਾਕੀ ਸਾਰੀਆਂ ਜਨਤਕ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ ਹੈ, ਉਹਨਾਂ ਸਾਰੀਆਂ ਦੇ ਵੱਲੋਂ ਰਲ ਕੇ ਦਿੱਲੀ ਦੇ ਵਿੱਚ ਜਿਹੜੀਆਂ ਕੁੜੀਆਂ ਪ੍ਰੋਟੈਸਟ ਕਰਦੀਆਂ ਬ੍ਰਿਜਭੂਸ਼ਣ ਸਰਨ ਸਿੰਘ ਦੇ ਖਿਲਾਫ, ਉਹਦੇ ਖਿਲਾਫ ਜਿਹੜਾ ਹੈਗਾ ਅੱਜ ਰੋਸ ਮੁਜ਼ਾਹਰੇ ਜਿਹੜਾ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਹੋ ਰਹੇ ਆ। ਸਾਰਿਆਂ ਨੂੰ ਪਤਾ ਆ ਵੀ ਜਿਹੜਾ ਹੈਗਾ ਮੋਦੀ ਦੀ ਸਰਕਾਰ ਦੇ ਵਿੱਚ ਇੱਕ ਬਹੁਬਲੀ ਮੰਤਰੀ ਬ੍ਰਿਜਭੂਸ਼ਣ ਸ਼ਰਨ ਸਿੰਘ ਹੈ, ਜਿਹਦੇ ਉੱਪਰ ਬਹੁਤ ਸਾਰੇ ਜਿਹੜੇ ਹੈਗੇ ਉਹ ਕੇਸ ਜਿਹੜੇ ਚੱਲਦੇ ਆ, 40 ਦੇ ਲਗਭਗ ਕੇਸ ਹੈ। ਜ਼ਿਲ੍ਹਾ ਪੱਧਰ 'ਤੇ ਤਹਿਸੀਲ ਪੱਧਰ 'ਤੇ ਜਿਹੜੀ ਬਦਤਮੀਜ਼ੀ ਸੈਂਟਰ ਸਰਕਾਰ ਨੇ ਉਹ ਪਹਿਲਵਾਨ ਔਰਤਾਂ ਦੇ ਨਾਲ ਕੀਤੀ ਆ, ਕਿਉਂਕਿ ਇੱਕ ਆਪਣੇ ਇਨਸਾਫ ਨੂੰ ਲੈ ਕੇ ਯੋਨ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਬ੍ਰਿਜਭੂਸ਼ਣ ਨੂੰ ਲੈ ਕੇ ਮੰਗ ਕਰਦੀਆਂ ਨੇ ਕਿ ਉਹਦੀ ਗ੍ਰਿਫਤਾਰੀ ਕੀਤੀ ਜਾਵੇ, ਮਗਰ ਉਹ ਗ੍ਰਿਫਤਾਰੀ ਜਿਹੜੀ ਆ ਹਾਈ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਇਹਦੇ 'ਤੇ FIR ਦਰਜ ਕੀਤੀ ਹੈ, ਉਹਨੇ ਸਰਕਾਰ ਗ੍ਰਿਫਤਾਰੀ ਨਹੀਂ ਕਰਦੀ। ਇਹਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਅਹਿਮ ਮਸਲੇ ਨੂੰ ਲੈ ਕੇ ਅੱਜ ਸਾਰੀ ਜਨਤਾ ਜਿਹੜੀ ਇਕੱਠੀ ਹੋਈ ਆ। ਭਾਜਪਾ ਦੀ ਸਰਕਾਰ ਜਿਹੜੀ ਆ ਉਹਨੇ ਆਪਣਾ ਚਿਹਰਾ ਬਿਲਕੁਲ ਜਿਹੜਾ ਨੰਗਾ ਕਰਤਾ, ਗੁੰਡਾਗਰਦੀ ਪੂਰੀ ਕੀਤੀ ਆ। ਸਾਡੀਆਂ ਜਿਹੜੀਆਂ ਪਹਿਲਵਾਨ ਕੁੜੀਆਂ ਆ ਉਹ ਲਗਾਤਾਰ ਦਿੱਲੀ ਜੰਤਰ ਮੰਤਰ 'ਤੇ ਧਰਨੇ 'ਤੇ ਬੈਠੀਆਂ ਰਹੀਆਂ ਲਗਭਗ ਇੱਕ ਮਹੀਨਾ, ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਉਹਨਾਂ ਨੇ ਜਦੋਂ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ ਦਿਨੀ ਤਾਂ ਉਹਨਾਂ ਨੂੰ ਸੜਕਾਂ 'ਤੇ ਘੜੀਸਿਆ ਗਿਆ। ਅੱਜ ਉਸ ਮਾਮਲੇ 'ਤੇ ਪੂਰੇ ਪੰਜਾਬ ਦੇ ਵਿੱਚ ਉਹ ਗੁੰਡਾ ਜਿਹੜਾ ਬ੍ਰਿਜਭੂਸ਼ਣ ਸ਼ਰਨ ਸਿੰਘ ਹੈਗਾ ਆ ਹਲੇ ਵੀ ਬਿਆਨ ਦੇ ਰਿਹਾ ਔਰ ਅਯੁੱਧਿਆ ਦੇ ਵਿੱਚ ਉਹਨਾਂ ਦੇ ਖਿਲਾਫ਼ ਇਕੱਠ ਕਰ ਰਿਹਾ ਆ, ਉਹਨੂੰ ਸਭ ਸਕਾਉਣ ਦੇ ਲਈ ਪੰਜਾਬ ਦੇ ਵਿੱਚ ਪੂਰੇ 'ਚ ਅੱਜ ਵੱਡੇ ਇਕੱਠ ਹੋ ਰਹੇ ਆ। ਅੱਜ ਨਵੇਂ ਸ਼ਹਿਰ 'ਚ ਵੀ ਇੱਕ ਵੱਡਾ ਇਕੱਠ ਇਸੇ ਮਾਮਲੇ 'ਤੇ ਹੋ ਰਿਹਾ ਜੀ। ਸ਼ਹਿਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਦਿੱਲੀ ਦੇ ਵਿੱਚ BJP ਦੀ ਸਰਕਾਰ ਨੇ ਜਿਹੜੀ ਆ ਭਲਵਾਨ ਕੁੜੀਆਂ ਆਪਣੇ ਇਨਸਾਫ਼ ਦੇ ਲਈ ਲੜ ਰਹੀਆਂ ਸੀਆਂ ਉਹਨਾਂ ਨੂੰ ਚੱਕ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਆ। ਅਤੇ ਅੱਜ BJP ਅਤੇ RSS ਦਾ ਜਿਹੜਾ ਚਿਹਰਾ ਸੀ ਉਹ ਔਰਤ ਵਿਰੋਧੀ ਚਿਹਰਾ ਆ, ਉਹ ਬੇਨਕਾਬ ਹੋ ਗਿਆ, ਕੁੜੀਆਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਿਆ। ਉਹਨਾਂ ਦੇ ਸਮਰਥਨ ਦੇਣ ਦੇ ਲਈ ਅੱਜ ਅਸੀਂ ਜਨਤਕ ਜਥੇਬੰਦੀਆਂ ਵੱਲੋਂ ਜਿਹੜਾ ਮੁਜ਼ਾਹਰਾ ਕਰ ਰਹੇ ਹਾਂ ਅਤੇ ਜਿਹੜਾ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੇਖ ਰਹੇ ਹਾਂ। ਇਹ ਕਾਰਗੁਜ਼ਾਰੀ ਆਸ਼ੀ ਸਰਕਾਰ ਦੀ ਹੀ ਹੋ ਸਕਦੀ ਹੈ। ਬੇਟੀ ਬਚਾਓ ਬੇਟੀ ਸਾਲ ਸਾਲ ਪਹਿਲਾਂ
मैं नहीं मिलता है, मैं आपको खड़े मारने चाहूँगा, मैं जितना कमी हूँ।